ਕਹਿੰਦਾ ਤੁਸੀਂ ਨੌਜਵਾਨ ਹੈ ਮੈਂ ਕਹਿੰਦਾ ਨਹੀਂ ਪਰ ਥੋੜਾ ਜਿਹਾ ਹੌਲੀ ਚੱਲੋ ਕਿਤੇ ਰਿੰਗ ਨਾ ਵਾਹ ਲਿਓ ਆਪਾਂ ਕੱਲ ਨੂੰ ਵੀ ਗਾਉਣਾ ਹੈ ਗਾਉਣਾ ਆਪਾਂ ਰੋਜ਼ ਹੈ ਕੱਲ ਨੂੰ ਭਗਤੇ ਮੰਡੀ ਐਸਾ ਪ੍ਰੋਗਰਾਮ ਹੁੰਦਾ ਨੇਮ ਦਾ ਲੋ ਵੱਡਾ ਪੰਡਾਲ ਦਾਤਾ ਕਿਰਪਾ ਕਰੇ ਸ਼੍ਰੀ ਵਿਜੇ ਕੁਮਾਰ ਜੀ ਪੰਥ ਕਾਕਾ ਰਾਮ ਦੇ ਪਰਿਵਾਰ ਵੱਲੋਂ ਬਹੁਤ ਸਾਰੇ ਰੁਪਏ ਬਖਸ਼ ਗਏ ਨੇ ਭਾਈ ਗੁਰਦੇਵ ਸਿੰਘ ਜੀ ਮੈਂਬਰ ਸਾਹਿਬ ਬਈ ਗੁਰਦੁਆਰਾ ਸੁਖ ਸਾਗਰ ਵੱਲੋਂ ਜੋ ਆ ਠੰਡੇ ਦਾ ਲੰਗਰ ਚੱਲ ਰਿਹਾ ਹੈ ਦਾਤਾ ਕਿਰਪਾ ਕਰੇ ਇਹਨਾਂ ਵੀਰਾਂ ਨੂੰ ਆਪਣੇ ਚਰਨਾਂ ਦੀ ਸ੍ਰੀ ਬਖਸ਼ ਕਰੇ ਜੋ ਕੁਲਚਿਆਂ ਦਾ ਲੰਗਰ ਚੱਲ ਰਿਹਾ ਉਹ ਮਹਾਰਾਜ ਰਵਿਦਾਸ ਭਗਤੀ ਸਰੂਪ ਫਲਵਾੜੀ ਵੱਲੋਂ ਭਗਤ ਰਵਿਦਾਸ ਦੀ ਬਾਣੀ ਆਉਂਦੀ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਗੂੰਦ ਕਾ ਗਾਰਾ ਹਰ ਮਾਸ ਨਾਲੀ ਕਾ ਪਿੱਚਰ ਪੰਛੀ ਵਰਤਾ ਹੈ ਬਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਥ ਬਸੇਰਾ ਰਾਖੋ ਕੰਧ ਸਾਰੂ ਨੀਵਾ ਸਾਡੇ ਤਿੰਨ ਹਫ਼ਤੇ ਹੀ ਸੀਮਾ ਬਣ ਕੇ ਵਾਲ ਪਾਕ ਸਰਦੇਰੀ ਇਸ ਤਰ੍ਹਾਂ ਹੋਏਗਾ ਭਸਮ ਕੀ ਤੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕੌ ਰਵਿਦਾਸ ਜਵਾ ਸਾਨੂੰ ਬੜੇ ਬੜੇ ਸ਼ਹਿਰਾਂ ਚੋਂ ਰਵਿਦਾਸ ਭਗਤ ਦੇ ਜਦ ਅਵਤਾਰ ਹੁੰਦਾ ਫਗਵਾੜਾ ਜਲੰਧਰ ਔਰ ਸਾਧ ਸੰਗ ਜੀ ਹਰਿਆਣੇ ਦੇ ਵਿੱਚ ਰੋਪੜ ਜੀਂਦ ਔਰ ਰਾਜਸਥਾਨ ਦੇ ਵਿੱਚ ਜਿਵੇਂ ਜੈਸਲਮੇਰ ਦੀ ਧਰਤੀ ਤੇ ਮਹਾਰਾਜ ਦਾ ਅਵਤਾਰ ਮਨਾਉਂਦੇ ਨੇ ਉੱਥੇ ਸਾਨੂੰ ਬੁਲਾਉਂਦੇ ਆ ਫਗਵਾੜੇ ਬਹੁਤ ਵਾਰੀ ਬੁਲਾਉਂਦੇ ਨੇ ਧੰਨਵਾਦ ਕਰਦਾ ਸੁਣਿਓ ਉੱਥੇ ਲੈ ਬੱਤੀਆਂ ਸਾਧ ਸੰਗ ਜੀ ਅਰਜਨ ਤੇ ਸਹਿਦੇਵ ਰਾਜ ਦੀਆਂ ਲਾਈਨਾਂ ਤੇ ਤੁਰੇ ਜਾਂਦੇ ਆ ਅੱਗੇ ਕੀ ਆ ਗਿਆ ਰਾਜਾ ਜੈਸਲਮੇਰ ਦਾ ਸ਼ਹਿਰ ਆ ਗਿਆ ਜਿਹੜਾ ਪਾਪੀ ਸੀ ਨਾ ਜੈਸਲਮੇਰ ਇੱਕ ਨੋਟ ਕਰਿਓ ਗੱਲ ਜਿਹੜਾ ਪੁਰਸ਼ ਕਾਮੀ ਹੈ ਚੋਰੀ ਹੈ ਕਰਦਾ ਲੋਭੀ ਹੈ ਲਾਲਚੀ ਹੈ ਕ੍ਰੋਧੀ ਹੈ ਉਹਦੇ ਹਿਰਦੇ ਰੱਬ ਨਹੀਂ ਹੁੰਦਾ ਉਹ ਰੱਬ ਦੀਆਂ ਰਜ਼ਾ ਤੋਂ ਦੂਰ ਹੁੰਦਾ ਰੱਬ ਕਿਹਦੇ ਹਿਰਦੇ ਹੁੰਦਾ ਸ਼ਾਸਤਰ ਕਹਿੰਦਾ ਹੈ ਸੱਚ ਬਰੋਬਰ ਪੁੰਨ ਨਹੀਂ ਝੂਠ ਬਰੋਬਰ ਪਾਪ ਜਾਂ ਕੇ ਹਿਰਦੇ ਸੱਚ ਹੈ ਤਾਂ ਕੇ ਹਿਰਦੇ ਆਪ ਉਹ ਬੱਚਿਓ ਬੈਠੋ ਬਈ ਬੱਚਿਓ ਉਹਦੇ ਚਲੋ ਤੁਸੀਂ ਰੌਲਾ ਪਾਓਗੇ ਤੇ ਉਹਦੇ ਚਲੋ ਬੇਟਾ ਸੁਣਿਓ ਉੱਥੇ ਲਿਆ ਬੱਤੀਆਂ ਜਿਹਦੇ ਹਿਰਦੇ ਸੱਚ ਹੈ ਰਾਜਾ ਜੈਸਲਮੇਰ ਨੇ ਕੀ ਕੀਤਾ ਉਹਨੇ ਸਾਰਾ ਭੰਵਰ ਕਿਲਾ ਬੰਦੂਕਾਂ ਦੇ ਪਹਿਰੇ ਲਾ ਤੇ ਉਹਨੂੰ ਪਤਾ ਸੀ ਪਾਪੀ ਨੂੰ ਬਈ ਰਾਤ ਦੀਆਂ ਲਾਈਨਾਂ ਵੇਖ ਕੇ ਪਾਂਡੂ ਆਉਣਗੇ ਪਾਂਡਵਾਂ ਤੋਂ ਡਰਦਾ ਪਾਂਡਵਾਂ ਤੋਂ ਵੱਧ ਡਰਦਾ ਸੀ ਕੁਰਸ਼ੇਤਰ ਦੇ ਮੈਦਾਨ ਚ ਲੜਾਈ ਹੋਈ ਆ ਬਹੁਤ ਤਕੜੀ 18 ਕਿਸ਼ੂਣੀ ਸੈਨਾ ਦੁਰਯੋਧਨ ਜਿੱਥੇ ਦੁਰਯੋਧਨ ਦੀ ਮੌਤ ਤੇ ਮੈਨੂੰ ਉਸ ਪਿੰਡ ਬੁਲਾਇਆ ਹਰਿਆਣੇ ਚੋਂ ਪਿੰਡ ਹੈ ਪਹਿਲੋਲਪੁਰ ਹਾਂਜੀ ਬਾਈ ਅਮਰਦੀਪ ਸਿੰਘ ਜੀ ਉਹ ਰੁਪਏ ਬਖਸ਼ੇ ਨੇ ਦਾਤਾ ਜੀ ਕਿਰਪਾ ਦਿਸ਼ਟੀ ਕਰਨ ਧੰਨਵਾਦ ਕੀਤਾ ਲੈ ਸੁਣਿਓ ਉੱਥੇ ਲਿਆ ਬੱਤੀਆਂ ਗੁਰਮੁਖੋ ਜਿਹੜੇ ਦਰਵਾਜ਼ੇ ਰੱਥ ਲੈ ਕੇ ਲੰਘਿਆ ਸੀ ਪ੍ਰਵੇਸ਼ ਹੋਇਆ ਸੀ ਉਹਨੇ ਉੱਥੇ ਪਹਿਰਾ ਕਾਹਦਾ ਲਾਇਆ ਜੈਸਲਮੇਰ ਨੇ ਬੰਦੂਕਾਂ ਦਾ ਪਹਿਰਾ ਨਹੀਂ ਲਾਇਆ ਉੱਥੇ ਕਾਹਦਾ ਪਹਿਰਾ ਲਾਇਆ ਦੋ ਲੜਕੀਆਂ ਪੰਡਤਾਂ ਦੀਆਂ ਕੁਮਾਰੀਆਂ ਲੜਕੀਆਂ ਜੈਸਲਮੇਰ ਦੇ ਮੰਤਰੀ ਦੀਆਂ ਲੜਕੀਆਂ ਸੀ ਉਹ ਉੱਥੇ ਕਿਉਂ ਖੜਿਆ ਸੀਆਂ ਉਹਨਾਂ ਕੁੜੀਆਂ ਦੇ ਜਾਦੂ ਪ੍ਰਸਿੱਧ ਸੀ ਮੰਤਰੀ ਦੀਆਂ ਲੜਕੀਆਂ ਸੀ ਉਹ ਆਉਂਦੇ ਬੰਦੇ ਨੂੰ ਜਦ ਜਾਦੂ ਦੀ ਕੁੜੀ ਸਿਰ ਦਿੰਦੀਆਂ ਇਹ ਗੱਲ ਨੋਟ ਕਰਿਓ ਕਿਤੇ ਬੰਗਾਲ ਚ ਜਾ ਕੇ ਵੇਖੋ ਬੰਗਾਲ ਚ ਗੁਰੂ ਨਾਨਕ ਸਾਹਿਬ ਦੇ ਸਾਥੀ ਮਰਦਾਨੇ ਨੂੰ ਮਰਦਾਨਾ ਜਦ ਮਹਾਰਾਜ ਤੋਂ ਬੇਮੁਖ ਹੁੰਦਾ ਉਹਨੂੰ ਪੱਥਰ ਚੱਕਣਾ ਪੈਂਦਾ ਫਿਰ ਮਹਾਰਾਜ ਦੇ ਚਰਨੀ ਪੈ ਜਾਂਦਾ ਮਰਦਾਨੇ ਨੂੰ ਕੌਡੇ ਰਾਕਸ਼ ਨੇ ਫੜਿਆ ਕੌਡੇ ਰਾਕਸ਼ ਨੇ ਫੜਿਆ ਮਰਦਾਨੇ ਨੂੰ ਤੇ ਮਰਦਾਨੇ ਨੂੰ ਜਾਦੂ ਖੋਰਾਂ ਨੇ ਛਤਰਾ ਬਣਾਤਾ ਬੰਗਾਲ ਚ ਅੱਜ ਜਾਦੂ ਹੈਗਾ ਹੁਣ ਉਹ ਲੜਕੀਆਂ ਜਾਦੂ ਮਾਰਦੀਆਂ ਕੁੜੀ ਸਿਰ ਦਿੰਦੀਆਂ ਬੰਦਾ ਪੱਥਰ ਬਣ ਜਾਂਦਾ ਸਜਣਾ ਜੈਸਲਮੇਰ ਨੇ ਦੋ ਲੜਕੀਆਂ ਘੜਾਈਆਂ ਸੀ ਕੁਆਰ ਪਾਤਰਾਂ ਮੰਤਰੀ ਦੀਆਂ ਧੀਆਂ ਉਹ ਦੋਵੇਂ ਜਣੀਆਂ ਜਦ ਦੇਖਿਆ ਪਾਂਡਵਾਂ ਨੂੰ ਸਹਿਦੇਵ ਨੂੰ ਤੇ ਅਰਜਨ ਨੂੰ ਆਉਂਦਿਆਂ ਨੂੰ ਜਿਸ ਵੇਲੇ ਆਉਂਦੇ ਪੈ ਗਏ ਦੋਹਾਂ ਦੀ ਨਜ਼ਰ ਦੂਰੋਂ ਜਮੁਨਾ ਦੇ ਤਾਈ ਗੰਗਾ ਦੀ ਕਹਾਣੀ ਨੂੰ
ਲੈ ਮੈਂ ਪਛਾਣੀ ਇਹ ਭਾਈ ਆ ਦੋ ਪਾਨਵਾਂ ਦੇ ਢੂੰਡੇ ਨੂੰ ਆਇਆ ਦਰੋਪਤਾ ਜੋ ਰਾਣੀ ਨੂੰ ਸਿਰ ਜਾਦੂ ਪਾਏ ਕਿਤੇ ਪੱਥਰ ਬਣਾਈ ਦਈਏ ਖਿੱਚੀਏ ਪ੍ਰਾਣ ਨਾ ਮੰਗਣ ਅੰਨ ਪਾਣੀ ਨੂੰ ਗੰਗਾ ਤੇ ਵੀ ਆਖੇ ਮੈਨੂੰ ਕੁੜੀਆਂ ਫੜਾ ਦੇ ਖੇਤੀ ਉਹ ਸ੍ਰੀ ਸ਼ਾਮਾ ਆਵੇ ਨਾ ਤਰਸ ਜੱਗੋ ਜਾਰੀ ਗੰਗਾ ਦੇਵੀ ਕਹਿੰਦੀ ਭੈਣੇ ਜਮਨਾ ਗੰਗਾ ਤੇ ਜਮਨਾ ਦੋ ਰਤੀਆਂ ਸੀ ਮੈਨੂੰ ਕੁੜੀਆਂ ਫੜਾ ਦੇ ਮੈਂ ਪਾਲਵਾ ਪਾਂਡੂ ਆਉਂਦੇ ਆ ਮੈਂ ਪੱਥਰ ਬਣਾ ਦਿਆ ਜਾਦੂ ਖੋਰੀ ਨਾਲ ਭੈੜੀ ਜਾਦੂ ਦੇ ਕਰਨ ਵਾਲੀ ਚੰਨ ਜੈਸੇ ਰੂਪ ਦੋਵੇਂ ਪਲਵੇ ਛਪਾਏ ਨੇ ਹੱਲਿਆ ਨਾ ਜਾਵੇ ਮੁੱਖੋਂ ਬੋਲਦੇ ਨਾ ਮੂਲ ਦੋਵੇਂ ਪੱਥਰ ਬਣਾ ਕੇ ਨਾਲ ਕੌਲਿਆਂ ਦੇ ਲਾਏ ਨੇ ਅਰਜਨ ਤੇ ਸਹਿਦ ਇਹ ਪੱਥਰ ਬਣਾ ਤੇ ਪੱਥਰ ਬਣਾ ਕੇ ਨਾਲ ਕੌਲਿਆਂ ਦੇ ਲਾਏ ਨੇ ਤਿੰਨ ਦਿਨ ਹੋ ਗਈ ਨਹੀਂ ਕਿਸੇ ਨੇ ਖਬਰ ਲੈਣੀ ਉੱਧਰ ਭੀਮ ਸੈਨ ਸੋਚਦਾ ਨਾ ਭਾਈ ਮੁੜ ਆਏ ਨੇ ਤਿੰਨਾਂ ਦਿਨਾਂ ਬਾਅਦ ਭੀਮ ਸੈਨ ਵੀ ਰਵਾਨ ਹੋਇਆ ਕਹੇ ਸ੍ਰੀ ਸ਼ਾਮੋਸਾ ਮਾਰ ਕੇ ਤਿੰਨ ਦਿਨ ਲੰਘੇ ਹੁਣ ਭੀਮ ਦੇ ਗਾਦਲਾਂ ਵਰਗੇ ਦੌੜੇ ਛਤਰੀ ਜੱਟ ਦਾ ਪੁੱਤਰ ਉਹਦੇ ਦੌੜੇ ਫਰਕੇ ਉਹ ਕਹਿੰਦਾ ਮਨੋ ਇੰਨੀ ਤਾਕਤ ਤੇਰੇ ਚ ਔਰ ਕੋਈ ਚੱਕ ਕੇ ਲੈ ਗਿਆ ਭਰਾ ਮਾਰ ਕੇ ਹੁਣ ਕਰੇਗਾ ਕੀ ਇਹ ਤਾਕਤ ਜੇ ਇਹ ਬਲ ਦਿੱਤਾ ਹੈ ਇਹਨੂੰ ਦੇਸ਼ ਦੀ ਖਾਤਰ ਚੰਗੇ ਕੰਮ ਦੇ ਲਈ ਵਰਤਿਆ ਵੀ ਇਹ ਬਲ ਭਗਵਾਨ ਕਹਿੰਦੇ ਨਿਜ ਬਲ ਹੈ ਆ ਸੁਣਿਓ ਭੀਮ ਸੈਨ ਨੇ ਗਦਾ ਚੱਕੀ ਚੱਕ ਕੇ ਗਦਾ ਸਾਂਸਰ ਨਾਲ ਪੱਕੇ ਦੀ ਗਦਾ ਰੱਖ ਕੇ ਮੋਢੇ ਤੇ ਤਿਆਰੀ ਕਰਕੇ ਇੱਕ ਤੁਰਦਾ ਹੈ ਤੇ ਭਗਵਾਨ ਕ੍ਰਿਸ਼ਨ ਦਾ ਸਿੰਘਾਸਨ ਡੋਲ ਗਿਆ ਭਗਵਾਨ ਕ੍ਰਿਸ਼ਨ ਕਹਿੰਦੇ ਹੇ ਰਾਜਾ ਮੈਨੂੰ ਹੁਣ ਮਾਤਲੋਕ ਤੇ ਜਾਣਾ ਪਊ ਕਿਉਂ ਮੈਨੂੰ ਦਵਾਰਕਾ ਛੱਡ ਕੇ ਮਾਤਲੋਕ ਜਾਣਾ ਪਊ ਕਿਉਂ ਉਹ ਕਹਿੰਦਾ ਮੇਰਾ ਭਗਤ ਹੈ ਇਹਨੇ ਮਰ ਜਾਣਾ ਜਾ ਕੇ ਇਹਨੇ ਪੱਥਰ ਬਣ ਜਾਣਾ ਮੈਨੂੰ ਜਾਣ ਦਿਓ ਭਗਵਾਨ ਨੇ ਆ ਕੇ ਉਹ ਰਾਸ ਦੀਆਂ ਡੈਣਾ ਤੇ ਧੂੰਆਂ ਲਾਤਾ ਤ੍ਰਿਸ਼ੂਲ ਕਰਤਾ ਕ੍ਰਿਸ਼ਨ ਜੀ ਨੇ ਸਾਧ ਦਾ ਤਾਰ ਲਿਆ ਭੇਤ ਸੁਣਿਓ ਸਾਧ ਸੰਗਤ ਜੀ ਬਸ ਐਂ ਬਣ ਕੇ ਖੜ ਗਿਆ ਜਿਵੇਂ ਆ ਖੜ ਗਿਆ ਬਾਬਾ ਸਾਵੇਂ ਸੁਣਿਓ ਉੱਥੇ ਲਿਆ ਵਰਤੀਆਂ ਫਿਰ ਕੀ ਹੋਇਆ ਸਾਧ ਸੰਗਤ ਜੀ ਤੋਂ ਹੱਥ ਜੋੜ ਕੇ ਭਗਵਾਨ ਬਹਿ ਕੇ ਧੂੰਆਂ ਲਾ ਕੇ ਹੁਣ ਭੀਮ ਸੈਨ ਜਾਂਦਾ ਹੈ ਤੇ ਸੰਤ ਦੇ ਕੋਲ ਦੀ ਲੰਘੂਗਾ ਤੇ ਭਗਵਾਨ ਤੋਂ ਗੱਲਾਂ ਕਰ ਗਏ ਤੁਹਾਡੇ ਕੋਲ ਜਿੱਥੇ ਤੁਸੀਂ ਭੀਮ ਸੈਨ ਨੇ ਸੋਚ ਕੇ ਇੱਕ ਬਾਤ ਵਿਚਾਰੀ ਵੀਰ ਮੁੜ ਕੇ ਆਏ ਨਾ ਦ੍ਰੋਪਦ ਨਾਰੀ ਦ੍ਰੋਪਦ ਨਾਰੀ ਜਾ ਮਰ ਜੂ ਜਾ ਮਰ
संगे हरमन प्यारे वीर और पंजाब पैर जवान जतन बख्शे ने भाई पम्मा जी परमजीत सिंह जी पम्मा जी और वीर पैर बख्शे ने श्री विजय कुमार जी पंडित जी के परिवार ने और पैर बख्शे ने पंडित काका राम के वे सपुत्र और पंजाब पे माता लंगर पहुंच रहे पंजाब पे जतन नाम ने मान जो छत्र सिंह जी कह सरपंच साहब और पंजाब पे होर गुरु के लंगर पहुंच रहे भगवान कृष्ण संत रूप धार के पहन के भगवा बाना त्रिशूल गटता धुआं ला लिया धुआं चेतर कर लिया श्री केवल कृष्ण जी के समूह परिवार बने बड़ा दानी परिवार है देशां विदेशां च दाता इन्हां दी लाज रखे माता कृपा करे और सौ रुपया श्री केवल कृष्ण जी के परिवार वाली रोडे वाले जथे नाम दिता गया है दाता कृपा दृष्टि का अति धन्यवाद किया जाता है। सुनो गुरमुखो भगवान माला फेरी जाते माला राम 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 हुण भीम मूर्ति मत का बंदा उन्हें आख्या संत बैठा संत भीम सैन सोचता है कहना मैं चले जरूरी काम जे मैं संत के नियम जी ना गया कि संत आए ना कहते उमड़े आ डोलना चक तो खूह तो पानी भर के लिया जे जवाब देता तो भी माड़ी गल है जे जाऊँ तो मैं जा नहीं सकता कहना बाबे का खड़ा ही छड़ दस पंद्रह किले दूर दी लंघ भगवान माला फेरी जाते हैं राम 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 जब भीम दूर दी लंघ गया भगवान उठे धुए तो वह भगवान के मन से मैनू आके नमस्कार करूंगा मैं भविख का गल भविख की गल दस दूंगा उसे जादू है भगवान का तो मतलब यह सी भीम ने सोच लिया भाई मना कि सह देना कहते पानी लिया भर के वो कोई मास्टर सी मास्टर मुंडे साल लिखाई जाए कहते लिखो मुंडे 20 लाख से 30 लाख मुंडे कहते 50 लाख कहते लिखो 50 लाख से 32 लाख मुंडे कहते 82 लाख बड़िया बड़िया लाख मास्टर लिखाई जाता है कोई चोर लंघे स्कूल के बूहे के कोल दी चोर ने आखा पैसे स्कूल च बहुत पे ने मास्टर का रकम लिखा अभी चोर ने रात को स्कूल का बूहा तोड़ लिया जेड़ा कमरा चोर खोले कुर्सी मत्थे के बचे आके वह कहना 32 लाख कितने होया सारी रात भालता रहा उसको मिलना थी करके सियाने टीचर ने फिर स्कूल ला लिया और फिर साफ पढ़ा पाया कहना लिखो मुंडो 40 लाख से 30 लाख मुंडे कहते 70 लाख उही चोर फिर लंघे स्कूल के बूहे के कोल दी बूहे खड़ के कहना मुंडे और लिखे होना ये कोई दवानी नहीं कहना माए साई जात इतों ही लिया तो वो नेचर ही चोरी करना सी ना हम भगवान की नेचर की है तो भीम की नेचर की है भगवान तो कहने मैं आके नमस्कार करूंगा वो पंद्रह किले पास गया मां का पुत्र भगवान तुए तो उठे भगत ने रब बनया तुए तो उठे मोटिया कदम भरिया नेड़े जाके भीम दे कहते हो जाने वाल भीम सैन कहता साह तो नहीं खड़ा करता दीदा आ गया वह अखाड़ा करता कहता मुड़ जा पिछे भगवान कहते बंसी वार आनंद दलारा वेद अचारा जगत पति बंसी वार आनंद दलारा वेद अचारा जगत पति राह में जाके डेरा ला के पेश बटा के संत पति कुंती नंदन मस्तक चंदन करता बंदर शरण गति देवा रामा दर्शन पामा श्री श्यामा मंदमती भगवान कहते कहां टिकाणा रे किधर जाना की व्यक्ता पाना दस सभी गदा खाई करी चढ़ाई त्यौरी पाई तेज रवि रवि माने सूरज सूरज वांगू तेरा मथा लगता है तू कौन है वो कहता बाबा मैं कोई होवा मैनू आवाज ना मारी मैनू आवाज ना मारी।